ਯਾਰ ਸਮਝ ਨਹੀਂ ਆਉਂਦੀ ਕੀ ਕੀਤਾ ਜਾਵੇ। ਵਿਦਿਆਰਥੀਆਂ ਦੇ ਸਵੇਰ ਤੋਂ ਫੋਨ ਆ ਰਹੇ ਨੇ ਕਿ ਸਰ ਇਹੋ ਜਿਹਾ ਕੋਈ ਐਪ ਦੱਸੋ ਜਿਹਨਾਂ ਅਸੀਂ ਤੁਹਾਡੇ ਤੋਂ ਲਾਈਵ ਪੜ੍ਹ ਸਕੀਏ। ਸਵੇਰ ਦਾ ਸੋਚੀ ਜਾਂਦਾ ਕਰਾਂ ਤਾਂ ਕੀ ਕਰਾਂ। ਹਾਂ ਮੈਂ ਆਪਣੇ ਇੱਕ ਦੋਸਤ ਨੂੰ ਪੁੱਛਦਾ ਜਿਹੜਾ ਕੰਪਿਊਟਰ ਬਾਰੇ ਕਾਫੀ ਜਾਣਦਾ। ਹੈਲੋ, ਹਾਂ ਬਲਰਾਜ ਸਿੰਘ ਜੀ। ਹਾਂਜੀ ਬਾਈ, ਮੈਂ ਯਾਰ ਇਹ ਪੁੱਛਣਾ ਸੀਗਾ ਵੀ ਕੋਈ ਇਹੋ ਜਿਹਾ ਐਪ ਹੈਗਾ ਆ ਜਿਹਨਾਂ ਆਪਾਂ ਜਿਹੜੇ ਵਿਦਿਆਰਥੀ ਉਹਨਾਂ ਨੂੰ ਲਾਈਵ ਪੜ੍ਹਾ ਸਕੀਏ। ਕਿੱਦਾਂ, ਐਲਈਡੀ ਟੀਵੀ 'ਤੇ ਦੇਖਾਂ? ਚੱਲ ਠੀਕ ਹੈ, ਮੈਂ ਕਰਦਾ ਸਰਚ। ਓਕੇ। ਵਾਹ ਯਾਰ, ਇਹ ਤਾਂ ਬੜਾ ਸਬਸਕ੍ਰਾਈਬ ਹੋਇਆ ਪਿਆ, ਵੀਡੀਓ ਦੇਖਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਐਲਟੀਡੀ ਟੀਵੀ 'ਤੇ ਤੁਹਾਡਾ ਬਹੁਤ ਸਵਾਗਤ ਹੈ। ਮੈਂ ਬਲਰਾਜ ਸਿੰਘ। ਦੋਸਤੋ, ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਐਲਟੀਡੀ ਟੀਵੀ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਬੈੱਲ ਦਾ ਆਈਕੋਨ ਵੀ ਜ਼ਰੂਰ ਦਬਾਓ। ਜਦੋਂ ਤੁਸੀਂ ਸਬਸਕ੍ਰਾਈਬ ਕਰੋਗੇ ਨਾਲ ਹੀ ਇੱਕ ਬੈੱਲ ਦਾ ਆਈਕੋਨ ਸ਼ੋ ਹੋਵੇਗਾ ਜਿਸ ਨੂੰ ਤੁਸੀਂ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਦੇ ਉੱਪਰ ਕਲਿੱਕ ਕਰੋ। ਇਸ ਦੇ ਨਾਲ ਅਸੀਂ ਜੋ ਵੀ ਵੀਡੀਓ ਅਪਲੋਡ ਕਰਾਂਗੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇਗੀ, ਸੋ ਤੁਸੀਂ ਉਸ ਵੀਡੀਓ ਨੂੰ ਬਹੁਤ ਜਲਦੀ ਅਤੇ ਸਭ ਤੋਂ ਪਹਿਲਾਂ ਦੇਖ ਸਕੋਗੇ। ਸੋ ਜੇਕਰ ਤੁਸੀਂ ਚੈਨਲ ਨੂੰ ਆਲਰੇਡੀ ਸਬਸਕ੍ਰਾਈਬ ਕੀਤਾ ਹੋਇਆ ਹੈ ਤਾਂ ਤੁਹਾਡਾ ਬਹੁਤ ਸਾਰਾ ਧੰਨਵਾਦ ਹੈ। ਸੋ ਦੋਸਤੋ, ਹੁਣ ਸ਼ੁਰੂਆਤ ਕਰਦੇ ਹਾਂ ਇਸ ਵੀਡੀਓ ਦੀ। ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇੱਕ ਐਪ ਦੇ ਬਾਰੇ। ਉਹ ਐਪ ਦਾ ਨਾਮ ਹੈ ਜ਼ੂਮ, ZOOM। ਜ਼ੂਮ। ਸੋ ਦੋਸਤੋ, ਉਸ ਐਪ ਦੀ ਕੀ ਖਾਸੀਅਤ ਹੈ ਉਹ ਮੈਂ ਦੱਸਦਾ ਹਾਂ। ਉਸ ਐਪ ਦੇ ਵਿੱਚ ਤੁਸੀਂ ਘੱਟੋ ਘੱਟ 100 ਲੋਕਾਂ ਨਾਲ ਵੀਡੀਓ ਕਾਨਫਰੰਸ ਇੱਕੋ ਸਮੇਂ ਕਰ ਸਕਦੇ ਹੋ, ਭਾਵ 100 ਲੋਕਾਂ ਨਾਲ ਗੱਲ ਕਰ ਸਕਦੇ ਹੋ ਵੀਡੀਓ ਦੇ ਵਿੱਚ, ਫੋਨ ਦੇ ਵਿੱਚ ਜਾਂ ਆਪਣੇ ਲੈਪਟੋਪ ਨੂੰ ਵੀ ਯੂਜ਼ ਕਰ ਸਕਦੇ ਹੋ ਇਸ ਐਪ ਨੂੰ ਭਰ ਕੇ, ਅਤੇ 100 ਲੋਕਾਂ ਨਾਲ ਵੀਡੀਓ ਚੈਟ ਕਰ ਸਕਦੇ ਹੋ। ਉਸ ਤੋਂ ਇਲਾਵਾ ਜੋ ਵੀ ਤੁਸੀਂ ਵੀਡੀਓ ਚੈਟਿੰਗ ਕਰ ਰਹੇ ਹੋ ਉਸਨੂੰ ਆਪ ਰਿਕਾਰਡ ਵੀ ਕਰ ਸਕਦੇ ਹੋ ਨਾਲ ਦੀ ਨਾਲ, ਉਹ ਵੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ। ਇਸ ਐਪ ਦੀਆਂ ਖਾਸੀਅਤਾਂ ਇਹ ਹਨ ਕਿ ਇਸ ਦੀ ਵੀਡੀਓ ਚੈਟਿੰਗ ਬਹੁਤ ਕਲੀਅਰ ਹੁੰਦੀ ਹੈ, ਵੀਡੀਓ ਇਸ ਦੇ ਵਿੱਚ ਆਡੀਓ ਵੀ ਬਹੁਤ ਸਾਫ਼ ਹੁੰਦੀ ਹੈ, ਅਤੇ ਤੁਸੀਂ ਹੋਰ ਵੀ ਬਹੁਤ ਸਾਰੇ ਫੀਚਰਸ ਇਸ ਦੇ ਵਿੱਚ ਇਸਤੇਮਾਲ ਕਰ ਸਕਦੇ ਹੋ। ਜਿਵੇਂ ਕਿ ਜੇਕਰ ਤੁਸੀਂ ਆਪਣੀ ਸਕਰੀਨ, ਮੋਬਾਈਲ ਦੀ ਸਕਰੀਨ ਜਾਂ ਲੈਪਟੋਪ ਦੀ ਸਕਰੀਨ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਇਸ ਐਪ ਦੇ ਵਿੱਚ ਤੁਸੀਂ ਕਰ ਸਕਦੇ ਹੋ। ਤੁਸੀਂ ਆਪਣੇ ਮੋਬਾਈਲ ਦੀ ਸਕਰੀਨ ਆਪਣੇ ਕਿਸੇ ਦੋਸਤ ਨੂੰ ਜਾਂ ਜੋ ਵੀ ਹੈ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਬਿਜ਼ਨਸ ਪਾਰਟਨਰ ਨਾਲ, ਕੋਈ ਵੀ ਉਸਦੇ ਨਾਲ ਸ਼ੇਅਰ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ ਤੁਸੀਂ ਵੀਡੀਓ ਚੈਟ ਕਰ ਸਕਦੇ ਹੋ ਜਾਂ ਤੁਸੀਂ ਕੋਈ ਵੀ ਹੋਰ ਆਪਣੀ ਖਾਸ ਫਾਈਲ ਭੇਜਣਾ ਚਾਹੁੰਦੇ ਹੋ ਉਹ ਵੀ ਇਸ ਦੇ ਐਪ ਦੇ ਥਰੂ ਕਰ ਸਕਦੇ ਹੋ। ਇਸ ਤਰ੍ਹਾਂ ਇਹ ਐਪ ਬਹੁਤ ਖਾਸ ਹੈ ਅਤੇ ਬਹੁਤ ਵਧੀਆ ਹੈ। ਇਸ ਐਪ ਦੇ ਵਿੱਚ ਤੁਸੀਂ ਇੱਕੋ ਸਮੇਂ ਬਹੁਤ ਲੋਕਾਂ ਨਾਲ ਗੱਲ ਕਰ ਸਕਦੇ ਹੋ। ਦੋਸਤੋ, ਹੁਣ ਮੈਂ ਤੁਹਾਨੂੰ ਆਪਣੇ ਮੋਬਾਈਲ ਫੋਨ ਦੇ ਵਿੱਚ ਜਾ ਕੇ ਇਹ ਐਪ ਕਿਵੇਂ ਯੂਜ਼ ਕਰਨਾ ਹੈ ਉਸ ਦੇ ਬਾਰੇ ਦੱਸਾਂਗਾ। ਇਹ ਐਪ ਤੁਸੀਂ ਉਸੇ ਤਰ੍ਹਾਂ ਹੀ ਆਪਣੇ ਲੈਪਟੋਪ ਜਾਂ ਕੰਪਿਊਟਰ ਦੇ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ। ਸੋ ਚਲੋ ਆਪਾਂ ਚੱਲਦੇ ਹਾਂ ਆਪਣੀ ਮੋਬਾਈਲ ਸਕਰੀਨ ਦੇ ਵਿੱਚ। ਸੋ ਦੋਸਤੋ, ਹੁਣ ਆਪਾਂ ਮੋਬਾਈਲ ਸਕਰੀਨ ਦੇ ਉੱਪਰ ਆ ਗਏ ਹਾਂ। ਸਭ ਤੋਂ ਪਹਿਲਾਂ ਆਪਾਂ ਪਲੇ ਸਟੋਰ ਦੇ ਵਿੱਚ ਜਾਵਾਂਗੇ। ਪਲੇ ਸਟੋਰ ਦੇ ਉੱਪਰ ਕਲਿੱਕ ਕਰਕੇ ਇੱਥੇ ਆਪਾਂ ਸਰਚ ਕਰਾਂਗੇ ZOOM, ਅਤੇ ਤੁਹਾਨੂੰ ਸ਼ੋ ਹੋਣ ਲੱਗ ਪਵੇਗਾ ਜ਼ੂਮ ਕਲਾਊਡ ਮੀਟਿੰਗ। ਜੇਕਰ ਨਹੀਂ ਸ਼ੋ ਹੋ ਰਿਹਾ ਤਾਂ ਤੁਸੀਂ ਇਸ ਨੂੰ ਪੂਰਾ ਨਾਮ ਲਿਖ ਕੇ ਜ਼ੂਮ ਕਲਾਊਡ ਮੀਟਿੰਗ ਸਰਚ ਕਰ ਸਕਦੇ ਹੋ, ਤੁਹਾਨੂੰ ਸ਼ੋ ਹੋਣ ਲੱਗ ਪਵੇਗਾ। ਅਤੇ ਤੁਹਾਨੂੰ ਇੰਸਟਾਲ ਦੀ ਆਪਸ਼ਨ ਆਵੇਗੀ, ਕਿਉਂਕਿ ਮੈਂ ਇਸ ਐਪ ਨੂੰ ਪਹਿਲਾਂ ਇੰਸਟਾਲ ਕੀਤਾ ਹੋਇਆ। ਸ਼ੋ ਮੈਨੂੰ ਓਪਨ ਦੀ ਆਪਸ਼ਨ ਆ ਰਹੀ ਹੈ ਸਿੱਧਾ। ਜੇਕਰ ਤੁਸੀਂ ਐਪ ਨੂੰ ਨਹੀਂ ਇੰਸਟਾਲ ਕੀਤਾ ਹੋਇਆ ਤਾਂ ਤੁਹਾਨੂੰ ਇੰਸਟਾਲ ਦੀ ਆਪਸ਼ਨ ਆਵੇਗੀ, ਤੁਸੀਂ ਉਸ ਉੱਪਰ ਕਲਿੱਕ ਕਰਕੇ 27 MB ਦਾ ਐਪ ਹੈ ਇੰਸਟਾਲ ਕਰ ਸਕਦੇ ਹੋ। ਅਤੇ ਇੰਸਟਾਲ ਕਰਨ ਤੋਂ ਬਾਅਦ ਤੁਹਾਨੂੰ ਓਪਨ ਦੀ ਆਪਸ਼ਨ ਆਵੇਗੀ ਅਤੇ ਉਸ ਉੱਪਰ ਤੁਸੀਂ ਕਲਿੱਕ ਕਰਕੇ ਐਪ ਨੂੰ ਓਪਨ ਕਰ ਸਕਦੇ ਹੋ। ਸੋ ਹੁਣ ਤੁਹਾਨੂੰ ਇਹ ਸ਼ੋ ਹੋ ਰਿਹਾ ਹੈ ਕਿ ਤੁਸੀਂ ਇਸ ਐਪ ਦੇ ਉੱਪਰ ਕੀ ਕੀ ਕਰ ਸਕਦੇ ਹੋ। ਸਟਾਰਟ ਮੀਟਿੰਗ,
ਸਟਾਰਟ ਜੁਆਇਨ ਵੀਡੀਓ ਮੀਟਿੰਗ ਔਨ ਦਾ ਗੋ। ਸੋ ਦੋਸਤੋ, ਮੋਬਾਈਲ ਦੇ ਉੱਪਰ ਇਸ ਐਪ ਦਾ ਫਾਇਦਾ ਇਹ ਹੈ ਕਿ ਤੁਸੀਂ ਕਿਤੇ ਵੀ ਜਾ ਰਹੇ ਹੋ ਜਾਂ ਕੋਈ ਵੀ ਥਾਂ 'ਤੇ ਬੈਠੇ ਹੋ, ਕਿਸੇ ਵੀ ਜਗ੍ਹਾ 'ਤੇ ਬੈਠੇ ਹੋ, ਤਾਂ ਇਸ ਐਪ ਨੂੰ ਔਨ ਦਾ ਗੋ ਯੂਜ਼ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਕੋਈ ਵੀ ਕੰਟੈਂਟ ਸ਼ੇਅਰ ਕਰ ਸਕਦੇ ਹੋ ਕਿਸੇ ਤਰ੍ਹਾਂ ਦਾ ਵੀ। ਇਸ ਤੋਂ ਬਾਅਦ ਤੁਸੀਂ ਮੈਸੇਜ ਕਰ ਸਕਦੇ ਹੋ, ਟੈਕਸਟ, ਵੋਇਸ, ਫਾਈਲਸ, ਇਮੇਜਸ ਭੇਜ ਸਕਦੇ ਹੋ, ਅਤੇ ਇਸ ਨੂੰ ਕਿਤੇ ਵੀ ਕੋਈ ਵੀ ਅਤੇ ਕਿਸੇ ਵੀ ਡਿਵਾਈਸ ਦੁਆਰਾ ਯੂਜ਼ ਕੀਤਾ ਜਾ ਸਕਦਾ ਹੈ। ਸੋ ਬਾਅਦ ਸਭ ਤੋਂ ਪਹਿਲਾਂ ਸਾਨੂੰ ਲੋੜ ਪਵੇਗੀ ਸਾਈਨ ਅਪ ਕਰਨ ਦੀ ਜਾਂ ਸਾਈਨ ਇਨ ਕਰਨ ਦੀ। ਦੋਸਤੋ, ਮੈਂ ਤੁਹਾਨੂੰ ਸੌਖਾ ਤਰੀਕਾ ਦੱਸ ਦਾਂਗੇ ਸਾਈਨ ਅਪ ਕਿਵੇਂ ਕਰੋਗੇ। ਤੁਸੀਂ ਸਾਈਨ ਇਨ ਦੇ ਵਿੱਚ ਜਾਓ। ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਲਿਖਿਆ ਹੋਇਆ ਹੈ SSO ਗੂਗਲ ਫੇਸਬੁੱਕ। ਸੋ ਗੂਗਲ ਦੇ ਥਰੂ ਆਪਾਂ ਸੌਖੇ ਤਰੀਕੇ ਨਾਲ ਇਸ ਐਪ ਦੇ ਨਾਲ ਕਨੈਕਟ ਹੋ ਸਕਦੇ ਹਾਂ, ਇਸ ਉੱਪਰ ID ਬਣਾ ਸਕਦੇ ਹਾਂ। ਇਸ ਤੋਂ ਬਾਅਦ ਆਪਾਂ ਆਪਣੀ ਜੀਮੇਲ ID ਚੂਜ਼ ਕਰਾਂਗੇ ਕਿ ਆਪਾਂ ਕਿਹੜੀ ID ਦੇ ਥਰੂ ਇਸ ਐਪ ਦੇ ਨਾਲ ਕਨੈਕਟ ਹੋਣਾ ਚਾਹੁੰਦੇ ਹਾਂ। ਅਤੇ ਬਾਅਦ ਵਿੱਚ ਲਿਖਿਆ ਹੋਇਆ ਕਿ ਜੂਮ ਸ਼ੁੱਡ ਲਾਂਚ ਇਨ ਏ ਫਿਊ ਸੈਕਿੰਡਸ, ਇਫ ਨੋਟ ਪਲੀਜ਼ ਕਲਿੱਕ ਬਟਨ ਬਿਲੋ। ਜੇਕਰ ਜੂਮ ਆਪਣੇ ਆਪ ਨਹੀਂ ਓਪਨ ਹੁੰਦਾ ਤਾਂ ਤੁਸੀਂ ਨੀਲੇ ਬਟਨ ਨੂੰ ਲਾਂਚ ਜੂਮ ਦੇ ਉੱਪਰ ਕਲਿੱਕ ਕਰਕੇ ਇਸ ਐਪ ਦੇ ਨਾਲ ਕਨੈਕਟ ਹੋ ਸਕਦੇ ਹੋ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਨੈਕਸ਼ਨ ਹੋ ਰਿਹਾ ਹੈ। ਇਸ ਤੋਂ ਬਾਅਦ ਜਦੋਂ ਕਨੈਕਟ ਹੋ ਗਿਆ ਤਾਂ ਐਪ ਓਪਨ ਹੋ ਜਾਵੇਗਾ। ਸੋ ਐਪ ਓਪਨ ਹੋ ਗਿਆ। ਸੋ ਦੋਸਤੋ, ਐਪ ਓਪਨ ਹੋਣ ਤੋਂ ਬਾਅਦ ਸਾਨੂੰ 4 ਆਪਸ਼ਨਾਂ ਸ਼ੋ ਹੋ ਰਹੀਆਂ ਨੇ, ਨਿਊ ਮੀਟਿੰਗ, ਜੁਆਇਨ, ਸ਼ਡਿਊਲ, ਸ਼ੇਅਰ ਸਕਰੀਨ। ਇਸ ਦੇ ਵਿੱਚ ਨਿਊ ਮੀਟਿੰਗ ਦੇ ਵਿੱਚ ਆਪਾਂ ਨਵੀਂ ਮੀਟਿੰਗ ਕਰ ਸਕਦੇ ਹਾਂ। ਇਸ ਵਿੱਚ ਜੁਆਇਨ ਦੇ ਵਿੱਚ ਜਾ ਕੇ ਆਪਾਂ ਦੇਖ ਸਕਦੇ ਹਾਂ ਕਿ ਜੇਕਰ ਕੋਈ ਵਿਅਕਤੀ ਆਪਾਂ ਨੂੰ ਮੀਟਿੰਗ ਦੇ ਵਿੱਚ ਜੁਆਇਨ ਕਰਨਾ ਚਾਹੁੰਦਾ ਹੈ ਤਾਂ ਉਹ ਸਾਨੂੰ ਇੱਕ ਲਿੰਕ ਭੇਜੇਗਾ, ਉਸ ਦੇ ਥਰੂ ਆਪਾਂ ਜੁਆਇਨ ਹੋ ਸਕਦੇ ਹਾਂ, ਜਾਂ ਉਹ ਸਾਨੂੰ ਇੱਕ ਮੀਟਿੰਗ ID ਭੇਜੇਗਾ, ਉਹ ਆਪਾਂ ਮੀਟਿੰਗ ID 'ਤੇ ਭਰ ਕੇ ਜੁਆਇਨ ਮੀਟਿੰਗ ਦੇ ਉੱਪਰ ਕਲਿੱਕ ਕਰਕੇ ਜੁਆਇਨ ਕਰ ਸਕਦੇ ਹਾਂ। ਇਸ ਦੇ ਵਿੱਚ 2 ਆਪਸ਼ਨਾਂ ਨੇ। ਜੇਕਰ ਤੁਸੀਂ ਆਡੀਓ ਨਹੀਂ ਭੇਜਣਾ ਚਾਹੁੰਦੇ ਆਪਣੀ ਦੂਜੇ ਵਿਅਕਤੀ ਤੱਕ ਤਾਂ ਤੁਸੀਂ ਇਸ ਆਪਸ਼ਨ ਨੂੰ ਔਨ ਕਰ ਸਕਦੇ ਹੋ। ਜੇ ਵੀਡੀਓ ਵੀ ਤੁਸੀਂ ਆਪਣੀ ਔਫ ਰੱਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਆਪਸ਼ਨ ਨੂੰ ਔਨ ਕਰ ਸਕਦੇ ਹੋ। ਦੋਸਤੋ, ਇਸ ਤਰ੍ਹਾਂ ਮੀਟਿੰਗ ਦੇ ਵਿੱਚ ਆਪਾਂ ਕੈਮਰੇ ਨੂੰ ਔਫ, ਆਡੀਓ ਨੂੰ ਔਫ ਕਰ ਸਕਦੇ ਹਾਂ, ਔਨ ਵੀ ਕਰ ਸਕਦੇ ਹਾਂ। ਇਸ ਤੋਂ ਬਾਅਦ ਆਪਾਂ ਨੂੰ ਆਪਸ਼ਨ ਆਉਂਦੀ ਹੈ ਸ਼ਡਿਊਲ ਦੀ। ਇਸ ਦੇ ਵਿੱਚ ਆਪਾਂ ਮੀਟਿੰਗ ਦਾ ਨਾਮ ਰੱਖਾਂਗੇ, ਜੋ ਵੀ ਮੀਟਿੰਗ ਦਾ ਨਾਂ ਹੋਵੇਗਾ, ਕਿਸ ਵਿਸ਼ੇ ਦੇ ਨਾਲ ਸੰਬੰਧਿਤ ਹੋਵੇਗੀ ਉਹ ਨਾਂ ਰੱਖਾਂਗੇ। ਇਸ ਤੋਂ ਬਾਅਦ ਡੇਟ, ਉਸ ਤੋਂ ਬਾਅਦ ਕਦੋਂ ਤੋਂ ਕਦੋਂ ਤੱਕ ਮੀਟਿੰਗ ਚੱਲੇਗੀ, ਟਾਈਮ ਜ਼ੋਨ, ਰਿਪੀਟ ਕਿੰਨੀ ਵਾਰੀ ਹੋਵੇਗੀ, ਜੋ ਵੀ ਸ਼ਡਿਊਲ ਤੁਸੀਂ ਬਣਾਇਆ ਹੈ ਉਹ ਰੋਜ਼ ਰਿਪੀਟ ਕਰਨਾ ਹੈ ਜਾਂ ਇੱਕ ਦਿਨ ਲਈ ਵਰਤਣਾ ਹੈ ਜਾਂ ਹਰੇਕ ਸਾਲ ਬਾਅਦ ਉਹ ਸ਼ਡਿਊਲ ਯੂਜ਼ ਹੋਵੇ। ਸੋ ਉਹ ਤੁਸੀਂ ਇੱਥੋਂ ਯੂਜ਼ ਕਰ ਸਕਦੇ ਹੋ। ਤੁਸੀਂ ਪਰਸਨਲ ID ਵੀ ਔਨ ਕਰ ਸਕਦੇ ਹੋ। ਇਸ ਤੋਂ ਬਾਅਦ ਮੀਟਿੰਗ ਪਾਸਵਰਡ ਜੇ ਰੱਖਣਾ ਹੈ ਤਾਂ ਕਰ ਸਕਦੇ ਹੋ, ਨਹੀਂ ਤਾਂ ਔਫ ਕਰ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਐਡਵਾਂਸ ਆਪਸ਼ਨ ਦੇ ਵਿੱਚ ਜਾ ਕੇ ਵੀ ਚੈੱਕ ਕਰ ਸਕਦੇ ਹੋ। ਜੇਕਰ ਤੁਸੀਂ ਸ਼ਡਿਊਲ ਮੀਟਿੰਗ ਨੂੰ ਰਿਕਾਰਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਆਟੋਮੈਟਿਕਲੀ ਰਿਕਾਰਡ ਮੀਟਿੰਗ, ਇਸ ਆਪਸ਼ਨ ਨੂੰ ਔਨ ਕਰਕੇ ਤੁਸੀਂ ਡਨ ਦੇ ਉੱਪਰ ਜੋ ਸੱਜੇ ਪਾਸੇ ਹੋ ਰਿਹਾ ਹੈ ਕਲਿੱਕ ਕਰ ਦੇਣਾ ਹੈ। ਇਸ ਦੇ ਨਾਲ ਤੁਹਾਡਾ ਸਾਰਾ ਡਾਟਾ ਸੇਵ ਹੋ ਜਾਵੇਗਾ ਅਤੇ ਤੁਹਾਡੀ ਮੀਟਿੰਗ ਸ਼ਡਿਊਲ ਹੋ ਜਾਵੇਗੀ। ਇਸ ਤਰ੍ਹਾਂ ਇਸ ਸ਼ਡਿਊਲ ਮੀਟਿੰਗ ਨੂੰ ਤੁਸੀਂ ਇਨਵਾਈਟ ਕਰਨ ਲਈ ਭੇਜ ਦੇਵੋਗੇ, ਜਿਸ ਨੂੰ ਵੀ ਤੁਸੀਂ ਇਸ ਮੀਟਿੰਗ ਦੇ ਵਿੱਚ ਕਾਨਫਰੰਸ ਦੇ ਵਿੱਚ ਜੁਆਇਨ ਕਰਵਾਉਣਾ ਚਾਹੁੰਦੇ ਹੋ ਉਹ ਇਸ ਮੀਟਿੰਗ ਨੂੰ ਲਿੰਕ ਨੂੰ ਅਸੈਪਟ ਕਰੇਗਾ ਅਤੇ ਸ਼ਡਿਊਲ ਮੀਟਿੰਗ ਦੇ ਮੁਤਾਬਿਕ ਉਸ ਸਮੇਂ 'ਤੇ ਤੁਹਾਡੇ ਨਾਲ ਕਨੈਕਟ ਹੋ ਜਾਵੇਗਾ। ਸੋ ਇਸ ਤਰ੍ਹਾਂ ਇਨਵਾਈਟ ਮੀਟਿੰਗ, ਡਿਲੀਟ ਮੀਟਿੰਗ, ਐਡ ਟੂ ਕੈਲੰਡਰ, ਸਟਾਰਟ ਮੀਟਿੰਗ, ਸਭ ਕੁਝ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ। ਸੋ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸ਼ੇਅਰ ਸਕਰੀਨ। ਇਸ ਦੇ ਬਾਰੇ ਮੈਂ ਦੱਸਾਂਗਾ, ਪਰ ਸਭ ਤੋਂ ਪਹਿਲਾਂ ਦੇਖਦੇ ਹਾਂ ਆਪਾਂ ਨਿਊ ਮੀਟਿੰਗ ਦੇ ਵਿੱਚ, ਕਿਉਂਕਿ ਇਸ ਵਿੱਚ ਆਪਾਂ ਉਹ ਸਾਰੀਆਂ ਆਪਸ਼ਨਸ ਕਰ ਸਕਦੇ ਹਾਂ ਜੋ ਬਾਹਰ ਸਾਨੂੰ ਆਲਰੇਡੀ ਸ਼ੋ ਹੋ ਰਹੀਆਂ ਸੀ। ਸੋ ਇੱਥੇ ਵੀ ਆਪਾਂ ਦੇਖ ਸਕਦੇ ਹਾਂ ਵੀਡੀਓ ਔਨ ਦੀ ਆਪਸ਼ਨ ਆ ਰਹੀ ਹੈ। ਵੀਡੀਓ ਔਨ ਦੇ ਨਾਲ ਜੋ ਵੀ ਵਿਅਕਤੀ ਨਾਲ ਆਪਾਂ ਕਾਨਫਰੰਸ ਕਰ ਰਹੇ ਹਾਂ, ਜਿਸ ਵਿਅਕਤੀ ਨਾਲ ਵੀ, ਉਸਨੂੰ ਆਪਣੀ ਵੀਡੀਓ ਸ਼ੋ ਹੋਵੇਗੀ। ਇਸ ਤੋਂ ਬਾਅਦ ਸਟਾਰਟ ਮੀਟਿੰਗ,
ਤਰ੍ਹਾਂ ਹੁਣ ਆਪਾਂ ਕਨੈਕਟ ਹੋ ਗਏ ਹਾਂ ਅਤੇ ਮੀਟਿੰਗ ਸਟਾਰਟ ਹੋ ਗਈ ਹੈ। ਅਤੇ ਦੋਸਤੋ ਜੇਕਰ ਤੁਸੀਂ ਆਪਣਾ ਕੈਮਰਾ ਆਫ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਥੱਲੇ ਲਿਖਿਆ ਹੋਇਆ ਸਟੋਪ ਵੀਡੀਓ। ਜੇਕਰ ਤੁਸੀਂ ਆਪਣੀ ਆਡੀਓ ਵੀ ਮਿਊਟ ਕਰਨਾ ਚਾਹੁੰਦੇ ਹੋ ਤਾਂ ਖੱਬੇ ਪਾਸੇ ਆਪਸ਼ਨ ਹੈ ਮਿਊਟ ਦੀ, ਜਿਸ ਦੇ ਉੱਪਰ ਕੈਮਰਾ ਬਣਾਇਆ ਗਿਆ ਹੈ ਉਸ ਨੂੰ ਮਿਊਟ ਕਰੋਗੇ। ਇਸ ਤਰ੍ਹਾਂ ਜਦੋਂ ਤੁਸੀਂ ਦੋਵੇਂ ਚੀਜ਼ਾਂ ਨੂੰ ਆਫ ਕਰ ਦਿਓਗੇ ਤਾਂ ਲਾਲ ਬਟਨ ਸ਼ੋ ਹੋ ਜਾਣਗੇ। ਜੇਕਰ ਇਹਨਾਂ ਨੂੰ ਔਨ ਕਰਨਾ ਚਾਹੁੰਦੇ ਹੋ ਤਾਂ ਫਿਰ ਉਹਨਾਂ ਉੱਪਰ ਕਲਿੱਕ ਕਰਕੇ ਔਨ ਕਰ ਸਕਦੇ ਹੋ। ਸੋ ਇਸ ਤੋਂ ਬਾਅਦ ਆਪਾਂ ਆਵਾਂਗੇ ਕਿ ਜੇਕਰ ਆਪਾਂ ਕੋਈ ਚੀਜ਼ ਦੂਜੇ ਵਿਅਕਤੀ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਤਾਂ ਉਸਨੂੰ ਕਿਵੇਂ ਕਰੀਏ। ਨਾਲ ਹੀ ਸਟਾਰਟ ਵੀਡੀਓ ਤੋਂ ਨੈਕਸਟ ਸੱਜੇ ਪਾਸੇ ਸ਼ੇਅਰ ਦੀ ਆਪਸ਼ਨ ਹੈ, ਉਸ ਉੱਪਰ ਫੋਟੋ, ਡਾਕੂਮੈਂਟ, ਬੋਕਸ, ਡਰੋਪ ਬੋਕਸ, ਕਿਸੇ ਵੀ ਤਰ੍ਹਾਂ ਆਪਾਂ ਕੋਈ ਵੀ ਵੈਬ ਯੂ ਆਰ ਐਲ ਬੁੱਕ ਮਾਰਕ ਸ਼ੇਅਰ ਕਰ ਸਕਦੇ ਹਾਂ। ਇਸ ਤੋਂ ਬਾਅਦ ਜੇਕਰ ਤੁਸੀਂ ਸਕਰੀਨ, ਜਿਵੇਂ ਕਿ ਬਾਹਰ ਸ਼ੋ ਹੋ ਰਿਹਾ ਸੀ ਸ਼ੇਅਰ ਸਕਰੀਨ, ਉਹ ਆਪਸ਼ਨ ਇਸ ਵਿੱਚ ਹੈ। ਸਕਰੀਨ ਦਾ ਭਾਵ ਹੈ ਸ਼ੇਅਰ ਸਕਰੀਨ, ਇਸ ਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ ਦੂਜੇ ਵਿਅਕਤੀ ਦੇ ਨਾਲ। ਇਸ ਉੱਪਰ ਲਿਖਿਆ ਰਿਹਾ ਜੂਮ ਵਿਲ ਸਟਾਰਟ ਕੈਪਚਰਿੰਗ ਐਵਰੀਥਿੰਗ ਦੈਟਸ ਡਿਸਪਲੇਡ ਔਨ ਯੂਅਰ ਸਕਰੀਨ। ਜੂਮ ਜੋ ਵੀ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਰਿਹਾ ਹੋ ਰਿਹਾ ਉਹ ਦੂਜੇ ਵਿਅਕਤੀ ਨੂੰ ਦਿਖਾਵੇਗਾ। ਸੋ ਦੋਸਤੋ ਇਹ ਸੀ ਕਿ ਤੁਸੀਂ ਕਿਸੇ ਨਾਲ ਸਕਰੀਨ ਕਿਵੇਂ ਰਿਕਾਰਡ ਕਰ ਸਕਦੇ ਹੋ, ਅਤੇ ਉਸੇ ਆਪਸ਼ਨ ਦੇ ਥੱਲੇ ਤੁਸੀਂ ਦੇਖ ਸਕਦੇ ਸੀਗੇ ਕਿ ਤੁਸੀਂ ਵਾਈਟ ਬੋਰਡ ਕਿਵੇਂ ਸ਼ੇਅਰ ਕਰ ਸਕਦੇ ਹੋ ਕਿਸੇ ਵਿਅਕਤੀ ਦੇ ਨਾਲ ਜਿਸ ਨਾਲ ਤੁਸੀਂ ਕਾਨਫਰੰਸ ਕਰ ਰਹੇ ਹੋ। ਸੋ ਦੋਸਤੋ ਇਸ ਤੋਂ ਬਾਅਦ ਤੁਸੀਂ ਦੇਖੋਗੇ ਮੀਟਿੰਗ ਦੇ ਵਿੱਚ ਜਾ ਕੇ ਤੁਸੀਂ ਮੀਟਿੰਗ ਸਟਾਰਟ ਕਰ ਸਕਦੇ ਹੋ, ਇਨਵੀਟੇਸ਼ਨ ਸੈਂਡ ਕਰ ਸਕਦੇ ਹੋ ਈਮੇਲ ਦੇ ਥਰੂ, ਜੀਮੇਲ ਦੇ ਥਰੂ, ਮੈਸੇਜ ਦੇ ਥਰੂ, ਜਾਂ ਕਾਪੀ ਕਰਕੇ ਵਟਸਐਪ ਦੇ ਥਰੂ ਤੁਸੀਂ ਲਿੰਕ ਭੇਜ ਸਕਦੇ ਹੋ, ਇਨਵੀਟੇਸ਼ਨ ਭੇਜ ਸਕਦੇ ਹੋ। ਇਸ ਤੋਂ ਬਾਅਦ ਐਡਿਟ ਕਰੋਗੇ ਤਾਂ ਤੁਸੀਂ ਇਸ ਨੂੰ ਵੇਖ ਸਕਦੇ ਹੋ ਕਿ ਆਟੋਮੈਟਿਕਲੀ ਰਿਕਾਰਡ ਮੀਟਿੰਗ। ਜੇਕਰ ਬੰਦ ਕਰਨਾ ਚਾਹੁੰਦੇ ਹੋ ਤਾਂ ਔਫ ਕਰ ਸਕਦੇ ਹੋ, ਜੇ ਔਨ ਕਰਨਾ ਚਾਹੁੰਦੇ ਹੋ ਤਾਂ ਕਰਕੇ ਤੁਸੀਂ ਦੇਖ ਸਕਦੇ ਹੋ ਸੇਵ ਦਾ ਬਟਨ ਸੱਜੇ ਪਾਸੇ ਉੱਪਰ ਹੈ, ਉਸ ਨਾਲ ਸੇਵ ਹੋ ਜਾਵੇਗੀਆਂ ਸੈਟਿੰਗਸ। ਇਸ ਤੋਂ ਬਾਅਦ ਸੈਟਿੰਗ ਦੇ ਵਿੱਚ ਜਾ ਕੇ ਤੁਸੀਂ ਮੀਟਿੰਗ ਦੀਆਂ ਸੈਟਿੰਗਸ ਚੈੱਕ ਕਰ ਸਕਦੇ ਹੋ, ਚੈਟ ਦੀਆਂ ਸੈਟਿੰਗਸ ਬਦਲ ਸਕਦੇ ਹੋ ਅਤੇ ਆਪਣੀ ਪ੍ਰੋਫਾਈਲ ਦੀਆਂ ਸੈਟਿੰਗਸ ਵੀ ਬਦਲ ਸਕਦੇ ਹੋ। ਪ੍ਰੋਫਾਈਲ ਫੋਟੋ ਚੇਂਜ ਕਰ ਸਕਦੇ ਹੋ, ਡਿਸਪਲੇ ਨੇਮ ਬਦਲ ਸਕਦੇ ਹੋ, ਪਾਸਵਰਡ ਬਦਲ ਸਕਦੇ ਹੋ। ਇਸ ਤੋਂ ਬਾਅਦ ਜੋ ਵੀ ਤੁਸੀਂ ਬਦਲਣਾ ਚਾਹੁੰਦੇ ਹੋ ਉਹ ਬਦਲ ਸਕਦੇ ਹੋ, ਯੂਜ਼ਰ ਟਾਈਪ ਬਦਲ ਸਕਦੇ ਹੋ। ਪੇਡ ਵਰਜਨ ਦਾ ਇਹ ਫਾਇਦਾ ਹੈ ਕਿ ਤੁਸੀਂ ਕਾਨਫਰੰਸ ਦੇ ਵਿੱਚ 40 ਮਿੰਟ ਤੋਂ ਵੱਧ ਵੀ ਟੋਕ ਵੀਡੀਓ ਕਾਨਫਰੰਸ ਕਰ ਸਕਦੇ ਹੋ। ਸੋ ਦੋਸਤੋ ਇਹ ਸੀ ਇਸ ਦੀ ਐਪ ਦੀਆਂ ਆਪਸ਼ਨਸ ਅਤੇ ਫੀਚਰਸ। ਸੋ ਆਸ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ। ਅਤੇ ਇਸ ਤੋਂ ਬਾਅਦ ਜੇਕਰ ਤੁਸੀਂ ਇਸ ਐਪ ਨੂੰ ਸਾਈਨ ਆਊਟ ਕਰਨਾ ਚਾਹੁੰਦੇ ਹੋ ਆਪਣੀ ਆਈ ਡੀ, ਤਾਂ ਅਖੀਰ 'ਤੇ ਤੁਸੀਂ ਦੇਖ ਸਕਦੇ ਹੋ ਕਿ ਸਾਈਨ ਆਊਟ ਆਪਸ਼ਨਸ ਹੈ। ਦੇਖ ਸਕਦੇ ਹੋ ਕਿ ਇਸ ਦੇ ਵਿੱਚ ਯੂਜ਼ਰ ਟਾਈਪ ਦੇ ਥੱਲੇ ਵੀ ਲਿਖਿਆ ਹੋਇਆ ਕਿ ਮੀਟਿੰਗ ਏ ਬੇਸਿਕ ਯੂਜ਼ਰ ਹੋਸਟ ਵਿਦ 3 ਔਰ ਮੋਰ ਪੀਪਲ ਵਿਲ ਬੀ ਲਿਮਿਟਡ ਟੂ 40 ਮਿੰਟ। ਇਸ ਦਾ ਭਾਵ ਹੈ ਕਿ ਜੇਕਰ 3 ਜਾਂ 4 ਤੋਂ ਜ਼ਿਆਦਾ ਲੋਕ ਵੀਡੀਓ ਕਾਨਫਰੰਸ ਵਿੱਚ ਹਨ ਤਾਂ ਤੁਸੀਂ ਸਿਰਫ 40 ਮਿੰਟ ਤੱਕ ਹੀ ਵੀਡੀਓ ਕਾਨਫਰੰਸ ਚਲਾ ਸਕਦੇ ਹੋ। ਸੋ ਦੋਸਤੋ ਇਸ ਤੋਂ ਬਾਅਦ ਆਪਾਂ ਇਸਨੂੰ ਸਾਈਨ ਆਊਟ ਕਰਾਂਗੇ। ਸੋ ਇਸ ਤਰ੍ਹਾਂ ਇਹ ਐਪ ਸਾਈਨ ਆਊਟ ਹੋ ਗਿਆ ਹੈ। ਸੋ ਇਹ ਸੀ ਜੂਮ ਐਪ ਬਾਰੇ, ਤੁਸੀਂ ਇਸਨੂੰ ਯੂਜ਼ ਕਰ ਸਕਦੇ ਹੋ ਅਤੇ 100 ਲੋਕਾਂ ਨਾਲ ਕਾਨਫਰੰਸ 40 ਮਿੰਟ ਤੱਕ ਫ੍ਰੀ ਦੇ ਵਿੱਚ ਕਰ ਸਕਦੇ ਹੋ। ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ, ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ। ਤੁਸੀਂ ਐਲਡੀਟੀ ਟੀਵੀ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਬੈਲ ਦਾ ਆਈਕੋਨ ਵੀ ਜ਼ਰੂਰ ਦਬਾਓ, ਕਿਉਂਕਿ ਇਸ ਦੇ ਨਾਲ ਸਾਡੀ ਜਿਹੜੀ ਵੀ ਵੀਡੀਓ ਅਸੀਂ ਅਪਲੋਡ ਕਰਾਂਗੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇਗੀ। ਧੰਨਵਾਦ, ਮਿਲਦੇ ਹਾਂ ਅਗਲੀ ਵੀਡੀਓ ਦੇ।